ਮਾਲਵਾ ਬਰਲੇਵ ਚੈਨਲ ਤੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਪੈਨਪ੍ਰਾਵਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਮੋਟੀਵੇਸ਼ਨਲ ਕੋਟ ਦੋਸਤੋ ਕਹਿੰਦੇ ਕਿਸੇ ਦੇ ਨਾਲ ਗਲਤ ਕਰਕੇ ਆਪਣੀ ਵਾਰੀ ਦਾ ਇੰਤਜ਼ਾਰ ਜ਼ਰੂਰ ਕਰਨਾ ਕਿਉਂਕਿ ਕਿਸਮਤ ਜਦ ਥੱਪੜ ਮਾਰਦੀ ਹੈ ਉਹ ਮੂੰਹ ਤੇ ਨਹੀਂ ਰੂਹ ਤੇ ਲੱਗਦਾ ਸੋ ਦੋਸਤੋ ਤੁਹਾਡੇ ਲਈ ਬਹੁਤ ਹੀ ਸੋਹਣਾ ਕੋਟ ਹੈ ਤੇ ਬਹੁਤ ਹੀ ਵਧੀਆ ਮੈਸੇਜ ਦੇ ਰਿਹਾ ਸੋ ਦੋਸਤੋ ਇਹ ਕੋਟ ਦੀਆਂ ਜਿਹੜੀਆਂ ਸਤਰਾਂ ਤੁਹਾਨੂੰ ਸਮਝ ਤਾਂ ਲੱਗੀ ਗਈ ਹੋਣੀਆਂ ਬਟ ਇਹਨਾਂ ਦੇ ਨਾਲ ਇੱਕ ਜੁੜੀ ਘਟਨਾ ਵੀ ਹੈ ਜਿਹੜੀ ਤੁਹਾਡੇ ਨਾਲ ਅਕਸਰ ਬੀਤਦੀ ਹੈ ਤੁਸੀਂ ਇਹ ਸੁਣਨ ਚ ਵੀ ਆਏ ਹੋਵੋਗੇ ਤੁਹਾਡੇ ਨਾਲ ਹੋਈ ਵੀ ਹੋਵੇਗੀ ਠੀਕ ਹੈ ਤੁਹਾਡੇ ਮਾਪਿਓ ਮਤਲਬ ਕਹਿੰਦਾ ਭਾ ਕਦੇ ਕਿਸੇ ਫੰਕਸ਼ਨ ਤੇ ਜਾਂਦੇ ਆ ਜਾਂ ਕਿਸੇ ਗੁਰਦੁਆਰੇ ਵਿੱਚ ਮੱਥਾ ਟੇਕਣ ਜਾਂਦੇ ਆ ਜਾਂ ਮੰਦਰ ਜਾਂਦੇ ਆ ਤਾਂ ਉੱਥੇ ਤੁਹਾਡੇ ਆਂਡੀ ਗਵੰਡੀ ਦੋਸਤ ਮਿੱਤਰ ਕਦੇ ਵੀ ਮਿਲਦੇ ਹੋਣਗੇ ਉਹਨਾਂ ਨੂੰ ਤੇ ਉਹਨਾਂ ਦੇ ਬੱਚੇ ਕਾਮਯਾਬ ਹੋਣਗੇ ਮਤਲਬ ਉਹਨ ਲੀਆਂ ਹੋਣਗੀਆਂ ਜਾਂ ਫਿਰ ਉਹਨਾਂ ਨੇ ਕਿਤੇ ਬਾਹਰਲੇ ਦੇਸ਼ਾਂ 'ਚ ਸੈੱਡ ਹੋ ਗਏ ਹੋਣਗੇ ਉਹ ਹਮੇਸ਼ਾ ਤੁਹਾਡੇ ਮਾਪਿਆਂ ਨੂੰ ਇਹੀ ਪੁੱਛਣਗੇ ਤੁਹਾਡੇ ਬੱਚੇ ਕੀ ਕਰਦੇ ਆ ਕੁੜੀ ਕੀ ਕਰਦੀ ਏ ਮੁੰਡਾ ਕੀ ਕਰਦੇ ਆ ਉਹਨਾਂ ਦਾ ਮਤਲਬ ਇਹ ਹੁੰਦਾ ਵੀ ਤੁਹਾਡੇ ਬੱਚੇ ਕਿਸੇ ਕੰਮ ਦੇ ਨਹੀਂ ਨਕਮੇ ਆ ਕਿਉਂਕਿ ਤੁਸੀਂ ਆਪਣੇ ਮਾਪਿਆਂ ਨੂੰ ਖੁਦ ਹੀ ਲਾਂਤਾ ਪਵਾ ਰਹੇ ਹੋ ਕਾਰਨ ਕੀ ਆ ਦੋਸਤੋ ਵੀ ਇੱਕ ਤੁਹਾਨੂੰ ਟਾਈਮ ਪੀਰੀਅਡ ਬਹੁਤ ਸੋਹਣਾ ਮਿਲਿਆ ਜੇਕਰ ਤੁਸੀਂ ਇਹ ਮੈਸੇਜ ਸੁਣ ਰਹੇ ਹੋ ਮਤਲਬ ਕਹਿਣ ਦਾ ਪਾਉ ਜੇ ਤੁਹਾਡੇ ਮਾਪਿਓ ਇਹ ਗੱਲਾਂ ਸੁਣ ਰਹੇ ਆ ਤਾਂ ਉਹਨਾਂ ਦਾ ਮਤਲਬ ਇਹੀ ਹੈ ਉਹ ਤੁਹਾਨੂੰ ਆ ਕੇ ਜੇ ਦੱਸਦੇ ਆ ਉਹਨਾਂ ਦਾ ਮਤਲਬ ਇਹੀ ਹੈ ਵੀ ਹੁਣ ਆਉਣ ਵਾਲੇ ਸਮੇਂ ਤੁਸੀਂ ਮਾਰਨੀ ਹੈ ਵਧੀਆ ਕਾਮਯਾਬ ਹੋ ਕੇ ਸੋ ਦੋਸਤੋ ਹੁਣ ਤੁਹਾਨੂੰ ਬਹੁਤ ਸੋਹਣਾ ਸਮਾਂ ਮਿਲਿਆ ਜੇਕਰ ਤੁਸੀਂ ਇਹੇ ਕੋਟ ਪੜਿਆ ਇਹ ਕੋਟ ਦਾ ਮੀਨਿੰਗ ਅਸਲੀ ਇਹੀ ਹੈ ਵੀ ਜਿਹੜੇ ਤੁਹਾਡੇ ਮਾਪਿਆਂ ਨੂੰ ਤਾਣੇ ਦਿੰਦੇ ਆ ਲਾਂਤਾਂ ਪਾਉਂਦੇ ਆ ਅੰਦਰ ਖਾਤੋਂ ਆਪਦੇ ਬੱਚਿਆਂ ਨੂੰ ਵਧੀਆ ਦਿਖਾਉਂਦੇ ਤੇ ਤੁਹਾਨੂੰ ਦੱਸਦੇ ਆ ਵੀ ਤੁਸੀਂ ਗਵਾਰ ਨੂੰ ਸਾਰੀ ਉਮਰ ਤੁਸੀਂ ਇਦਾਂ ਹੀ ਕਰੇ ਬੈਠੇ ਰਹਿ ਜਾਓਗੇ ਪੜਦੇ ਹੀ ਰਹਿ ਜਾਓਗੇ ਮਗਰ ਦੋਸਤੋ ਆਪਾਂ ਇਹ ਜ਼ਿੰਦਗੀ ਵਿੱਚ ਕਦੇ ਨਹੀਂ ਹੋਣ ਦੇਣਾ ਠੀਕ ਹੈ ਉਹਨਾਂ ਦੇ ਮੂੰਹ ਤੇ ਇੱਕ ਵਧੀਆ ਚਪੇੜ ਮਾਰਨੀ ਹੈ ਵੀ ਅਸੀਂ ਸਰਕਾਰੀ ਨੌਕਰੀ ਲੱਗੇ ਆ ਤੇ ਚੰਗੇ ਮਤਲਬ ਡਿਪਾਰਟਮੈਂਟ ਚ ਲੱਗੇ ਆ ਜਿੱਥੇ ਕਿ ਤੁਹਾਡੇ ਬ ਜਿਹੜੀ ਕਿ ਪੜ੍ਹ ਲਿਖ ਕੇ ਪਹੁੰਚਣਾ ਪੈਂਦਾ ਬਾਹਰਲੇ ਦੇਸ਼ ਤਾਂ ਹਰ ਕੋਈ ਜਾ ਰਿਹਾ ਆਇਲਸ ਕਰਕੇ ਠੀਕ ਹੈ ਉੱਥੇ ਦਿਹਾੜੀਆਂ ਕਰਕੇ ਪੈਸੇ ਹਰ ਕੋਈ ਕਮਾ ਰਿਹਾ ਇੱਥੇ ਵੀ ਬਹੁਤ ਸਾਰੇ ਬੱਚੇ ਪ੍ਰਾਈਵੇਟ ਜੋਬਸ ਲੈ ਕੇ ਇੰਜੋਏ ਕਰ ਲੈਣ ਲਾਈਫ ਬਟ ਆਪਾਂ ਉਹ ਇੰਜੋਏ ਲਾਈਫ ਨਹੀਂ ਕਰਨੀ ਆਪਾਂ ਸਰਕਾਰੀ ਲਾਈਫ ਇੰਜੋਏ ਕਰਨੀ ਆ ਸੋ ਧਿਆਨ ਦਿਓ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਹੋਮਗਾਰਡ ਭਰਤੀ ਦੀ ਜਿਹੜੀ ਕਿ ਭਰਤੀ ਨੂੰ ਲੈ ਕੇ ਬਹੁਤ ਸਾਰੇ ਬੱਚੇ ਕਮੈਂਟ ਕਰਦੇ ਆ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਤੇ ਅੱਜ ਮੈਂ ਪੂਰਾ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਠੀਕ ਹੈ ਇਹ ਕਦੋਂ ਆਵੇਗੀ ਤੇ ਕਿਹੜੇ ਪਿੰ ਜੋ ਜਿਹੜੀ ਹੈਗੀ ਹੈ ਭਰਨੀ ਚਾਹੀਦੀ ਹੈ ਸੋ ਦੋਸਤੋ ਗੱਲ ਇਦਾਂ ਹੈ ਵੀ 10000 ਦੇ ਕਰੀਬ ਪੋਸਟਾਂ ਕਾਂਗਰਸ ਸਰਕਾਰ ਨੇ ਕਹੀਆਂ ਸੀ ਵਾਦਾ ਕੀਤਾ ਸੀ ਮਗਰ ਇਹ ਵਾਦਾ ਉਹਨ ਸ਼ਾਇਦ ਨਾ ਨਿਭਾਉਂਦੇ ਕਿਉਂਕਿ ਉਹਨਾਂ ਨੂੰ ਚਾਹੀਦੀ ਸੀ ਸਿਰਫ ਗੁਰਸੀ ਤੇ ਹੁਣ ਭਗਵੰਤ ਮਾਨ ਸਰਕਾਰ ਜਿਹੜੀ ਹੈਗੀ ਹੈ ਇਹ ਤੁਹਾਡਾ ਵਾਦਾ ਪੂਰਾ ਕਰੇਗੀ ਕਿਉਂਕਿ ਉਹਨਾਂ ਦੀ ਅੱਖਾਂ ਦੇ ਵਿੱਚ ਇਹ ਪੋਸਟ ਰੜਕ ਰਹੀ ਹੈ ਠੀਕ ਹੈ ਜਿਹੜੇ ਬੱਚਿਆਂ ਦੀ 8ਵੀਂ ਤੇ 10ਵੀਂ ਕੀਤੀ ਹੋਈ ਹੈ ਜਾਂ ਜਿਹੜੇ ਪਿੰਡਪਰਾ ਕਹਿੰਦੇ ਅਸੀਂ ਵੱਡਾ ਪੇਪਰ ਨਹੀਂ ਦੇਣਾ ਸਿਰਫ ਇਹੀ ਅਸੀਂ ਭਰਤੀ ਲੈਣੀ ਹੈ ਉਹ ਕਰ ਸਕਦੇ ਭਰ ਸਕਦੇ ਆ ਦੂਸਰੀ ਗੱਲ 18 ਤੋਂ 50 ਸਾਲ ਤ ਚਾਹਿਆ ਵੀ 37 ਸਾਲ ਤੱਕ ਰੱਖਣਾ ਹੋਇਆ ਤੇ ਰਿਲੈਕਸੇਸ਼ਨ ਅਕੋਰਡਿੰਗ ਟੂ ਕੈਟਾਗਰੀ ਦੇਣੀ ਹੋਈ ਫਿਰ ਏਜ ਫੈਕਟਰ ਇਹ ਘੱਟ ਵੀ ਸਕਦਾ ਬਟ Google ਤੇ ਆਪਾਂ ਨੂੰ ਇਹੀ ਸ਼ੋ ਕਰਦਾ ਹੈ 18 ਤੋਂ 50 ਸਾਲ ਠੀਕ ਹੈ ਜੀ ਜੇਕਰ ਇਹ ਭਰਤੀ ਆਉਣੀ ਹੈ ਤੇ ਇਹਦੇ ਬਾਰੇ ਮੈਂ ਤੁਹਾਨੂੰ ਸਾਰਾ ਦੱਸ ਰਿਹਾ ਠੀਕ ਹੈ ਜੀ ਤੇ ਅਗਲੀ ਗੱਲ ਹੈ ਦੋਸਤੋ ਇਹ ਪੰਜਾਬ ਦੀ ਭਰਤੀ ਹੈ ਸਭ ਤੋਂ ਪਹਿਲਾਂ 10000 ਪੋਸਟਾਂ ਨੂੰ ਕਿਵੇਂ ਵੰਡਿਆ ਜਾਵੇਗਾ ਮੇਲ ਕੈਂਡੀਡੇਟਸ ਜਿਹੜੇ ਆਗੇ 6700 ਪੋਸਟਾਂ ਉਹਨਾਂ ਲਈ ਹੋਣਗੀਆਂ ਤੇ 330 ਪੋਸਟਾਂ ਜਿਹੜੀਆਂ ਹੈਗੀਆਂ ਫੀਮੇਲ ਕੈਂਡੀਡੇਟਸ ਲਈ ਬਾਕੀ ਦੋਸਤੋ ਇਹ ਡਿਪੈਂਡ ਵੀ ਕਰਦਾ ਜੇਕਰ ਇਹਨੂੰ ਟੋਟਿਆਂ ਦੇ ਵਿੱਚ ਵੰਡ ਦਿੱਤਾ ਜਾਵੇ ਮਤਲਬ ਕਹਿੰਦਾ ਪਾ 10000 ਨੂੰ 5000 ਪਹਿਲਾਂ ਕਰ ਦੇਤੀ 5000 ਵੱਖ ਕਰ ਦੇਤੀ ਇਹ ਡਿਪੈਂਡ ਕਰੂਗਾ ਤੁਹਾਡੀ ਪੋਸਟਾਂ ਕਿੰਨੀਆਂ ਖਾਲੀ ਨੇ ਤੇ ਕਿੱਥੇ ਜ਼ਿਆਦਾ ਲੋਡ ਹੈ ਠੀਕ ਹੈ ਇਸੇ ਕਰਕੇ ਭਗਵੰਤਮਾਨ ਸਰਕਾਰ ਜਿਹੜੀ ਹੈਗੀ ਇਹਨਾਂ ਉੱਤੇ ਕਾਰਵਾਈ ਜ਼ਰੂਰ ਕਰੂਗੀ ਕਿਉਂਕਿ ਕਨਸਟੇਬਲ ਦੇ ਜਿਹੜੇ ਹੈਗੇ ਅਧਿਕਾਰੀ ਉਹ ਹੁਣ ਐਜ਼ ਅ ਹੋਮਗਾਰਡ ਜਿਹੜਾ ਵਰਕ ਕਰ ਰਹੇ ਨੇ ਤੁਹਾਨੂੰ ਪਤਾ ਹੈ ਵੀਆਈਪੀਜ਼ ਜਿਹੜੇ ਹੈਗੇ ਆ ਉਹਨਾਂ ਨਾਲ ਵੀ ਫਿਰ ਰਹੇ ਨੇ ਜਾਂ ਫਿਰ ਪ ਜਿੰਨਾਂ ਨੂੰ ਹਟਾ ਕੇ ਉਹਨਾਂ ਨੂੰ ਸਟੇਸ਼ਨ ਵੱਲ ਜਾਂ ਫਿਰ ਸੜਕ ਸੁਰੱਖਿਆ ਫੋਰਸ ਵੱਲ ਲੈ ਕੇ ਆਣਾ ਤੇ ਹੋਮ ਗਾਰਡ ਭਰਤੀ ਕਰਾ ਕੇ ਉਹਨਾਂ ਦੀ ਡਿਊਟੀਆਂ ਲਾਉਣੀਆਂ ਕਿਉਂਕਿ ਉੱਥੇ ਉਹਨਾਂ ਦਾ ਰੋਲ ਹੈ ਸੋ ਜਿਸ ਕਰਕੇ ਤੁਹਾਨੂੰ ਪਤਾ ਹੀ ਹੈ ਗਾਰਡ ਦਾ ਮਤਲਬ ਇਹੀ ਹੁੰਦਾ ਵੀ ਘਰ ਨੂੰ ਸੁਰੱਖਿਆ ਵੀ ਦੇਣੀ ਤੇ ਦੂਸਰੀ ਗੱਲ ਆਉਣ ਜਾਣ ਵਾਲੇ ਦਾ ਪੂਰਾ ਪਤਾ ਲਿਖ ਕੇ ਰੱਖਣਾ ਵੀ ਇਹ ਬੰਦਾ ਜਿਹੜਾ ਹੈਗਾ ਇਥੇ ਐਮਐਲਏ ਦੇ ਘਰੇ ਆਇਆ ਇਹ ਬੰਦਾ ਗਿਆ ਬਾਕੀ ਸਿਕਿਉਰਿਟੀ ਦਾ ਮਤਲਬ ਇਹ ਹੁੰਦਾ ਵੀ ਜਿਹੜੀ ਸਿਕਿਉਰਿਟੀ ਜਿਹੜੀ ਆਪਾਂ ਕੌਨਸਟੇਬਲ ਵਗੈਰਾ ਨਾਲ ਲਗਾਉਂਦੇ ਆ ਐਸਆਈ ਨਾਲ ਲੈਂਦੇ ਆ ਡਿਊਟੀ ਉਹ ਅਲੱਗ ਚੀਜ਼ ਹੁੰਦੀ ਹੈ ਕਿ ਇਹ ਪਰਤੀਆਂ ਕੱਢਣੀਆਂ ਪੈਣੀਆਂ ਹੀ ਪੈਣੀਆਂ ਪੰਜਾਬ ਗਵਰਨਮੈਂਟ ਨੂੰ ਠੀਕ ਹੈ ਜੀ ਹੁਣ ਦੋਸਤੋ ਜਿਹੜੀ ਇਹ ਹੋਮਗਾਰਡ ਪਤੀਆਂ ਦੀ ਇਹ ਸੈਮੀ ਗਵਰਨਮੈਂਟ ਵੱਲੋਂ ਜਾਣੀ ਜਾਂਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਤੁਹਾਡੀ ਤਨਖਾਹ ਵਗੈਰਾ ਜਿਹੜੀ ਵੀ ਹੈਗੀ ਆ ਉਹ ਗਵਰਨਮੈਂਟ ਵੱਲੋਂ ਦਿੱਤੀ ਜਾਊਗੀ ਜਾਂ ਫਿਰ ਮਿਨੀਮਮ ਜਿਹੜੇ ਅਲਾਉਂਸ ਬੰਦੇ ਉਹ ਤੁਹਾਨੂੰ ਸਾਰੇ ਗਵਰਨਮੈਂਟ ਵੱਲੋਂ ਆਣਗੇ ਬਟ ਜਿਹੜੇ ਇਹਨਾਂ ਦੇ ਹੋਰ ਵੀ ਜ਼ਿਆਦਾ ਤੁਹਾਨੂੰ ਜਿਹੜੀਆਂ ਸਹੂਲਤਾਂ ਮਿਲਣੀਆਂ ਬੈਨੀਫਿਟਸ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਸਾਰੇ ਹੈਗੇ ਉਸ ਆਰਗੇਨਾਈਜੇਸ਼ਨ ਤੋਂ ਮਿਲਣੇ ਜਿੱਥੇ ਤੁਹਾਡੀ ਡਿਊਟੀ ਹੋਗੀ ਜਿਵੇਂ ਐਗਜ਼ਾਮਪਲ ਲ ਜਾ ਸਾਰਾ ਜਿਹੜਾ ਹੈਗਾ ਇਹਨਾਂ ਵੱਲੋਂ ਦਿੱਤਾ ਜਾਊਗਾ ਤੋ ਉਹਨੂੰ ਖਾਣ ਪੀਣ ਦਾ ਤਿੰਨ ਟਾਈਮ ਦਾ ਜਿਹੜਾ ਹੈਗਾ ਸਾਰਾ ਉਹਨਾਂ ਵੱਲੋਂ ਦਿੱਤਾ ਜਾਊਗਾ ਇਹ ਚੀਜ਼ਾਂ ਸਾਰੀਆਂ ਉਹਨਾਂ ਦੇ ਅੰਦਰਾਂ ਦੀਆਂ ਆਡੈਂਟੀਟੀ ਕਾਰਡ ਵੀ ਉਹਨਾਂ ਦੇ ਅਕੋਰਡਿੰਗ ਹੀ ਬੰਦਾ ਹੈ ਵੀ ਤੁਸੀਂ ਇੱਥੇ ਸਿਕਿਉਰਿਟੀ ਦੀ ਜੌਬ ਕਰ ਰਹੇ ਹੋ ਮਤਲਬ ਗਾਰਡ ਦੀ ਜੌਬ ਕਰ ਰਹੇ ਹੋ ਸੋ ਜਿਸ ਕਰਕੇ ਪ੍ਰੋਪਰ ਸਾਰਾ ਇੱਕ ਕ੍ਰਾਈਟੇਰੀਆ ਬਣੂਗਾ ਉਹਨਾਂ ਦੀ ਆਰਗੇਨਾਈਜੇਸ਼ਨ ਦੇ ਅਕੋਰਡਿੰਗ ਜੇ ਕਿਸੇ ਵੀਆਈਪੀ ਦੇ ਅੰਦਰ ਤੁਸੀਂ ਕੰਮ ਕਰੋਗੇ ਤਾਂ ਵੀਆਈਪੀ ਆਪ ਦੇ ਅਕੋਰਡਿੰਗ ਤੁਹਾਨੂੰ ਆਪ ਦੇ ਘਰ ਵਿੱਚ ਰੱਖੇਗਾ ਉਸ ਹਿਸਾਬ ਨਾਲ ਰੱਖੇਗਾ ਜਿਹੜੀਆਂ ਚੀਜ਼ਾਂ ਉਹਨੂੰ ਸਹੂਲਤਾਂ ਸਹੂਲਤਾਂ ਗਏ ਹੈਗੀਆਂ ਸਾਰੀਆਂ ਤੁਹਾਨੂੰ ਉਹੀ ਦੋਗੇ ਜਿਹੜੇ ਜਿੰਦੇ ਅੰਡਰ ਤੁਸੀਂ ਵਰਕ ਕਰ ਰਹੇ ਹੋਵੋਗੇ ਠੀਕ ਹੈ ਜੀ ਤੋਂ ਇਸੇ ਕਰਕੇ ਗਾਰਡ ਦੀ ਜਿਹੜੀ ਭਰਤੀ ਹੈਗੀ ਹੈ ਬਹੁਤ ਹੀ ਘੱਟ ਨਿਕਲ ਨੂੰ ਮਿਲਦੀ ਹੈ ਜੀ ਮਿਲਦੀ ਵੀ ਹੈ ਤਾਂ ਇਹ ਬਹੁਤ ਮਤਲਬ ਕਿ ਦੇਰੀ ਨੂੰ ਮਿਲਦੀ ਹੈ ਜਿਵੇਂ ਹੁਣ ਹੁਣ ਤੁਹਾਡੀ ਇਹ ਭਰਤੀ ਆਉਣ ਵਾਲੀ ਹੈ ਠੀਕ ਹੈ ਉਹ ਕਦੋਂ ਆਉਣ ਵਾਲੀ ਦੱਸਦੇ ਆ ਤੁਹਾਨੂੰ ਦੇਖੋ ਦੋਸਤੋ ਏਜ ਲਿਮਿਟ ਕੀ ਹੋਊਗੀ 18 ਤੋਂ 50 ਸਾਲ ਤੱਕ ਤਾਂ ਇਹਨਾਂ ਨੇ ਕਿਹਾ ਹੋਇਆ ਠੀਕ ਹੈ ਜੇਕਰ ਪੰਜਾਬ ਦੇ ਵਿੱਚ ਨਿਕਲਦੀ ਹੈ ਜੇਕਰ ਇਹਨਾਂ ਨੇ 30 ਸਾਲ ਵੀ ਮਤਲਬ 40 ਸਾਲ ਵੀ ਮੰਗੀ ਇਹਨਾਂ ਦੀ ਏਜ ਫੈਕਟਰ ਲਾਸਟ ਠੀਕ ਹੈ 50 ਤਾਂ ਬਹੁ ਵੀ ਮੰਗੀ ਤਾਂ ਲਗਭਗ 44 ਜਾਂ 45 ਤੱਕ ਤਾਂ ਐਸਬੀਸੀ ਜਾਂ ਇਕਨੋਮਿਕ ਵੀਕਰ ਸੈਕਸ਼ਨ categories ਨੂੰ ਇੱਕ ਸਹੂਲਤਾ ਮਿਲ ਸਕਦੀ ਹੈ ਐਕਸ ਸਰਵਿਸਮੈਨ ਵੀ ਵਿੱਚ ਆ ਸਕਦੇ ਆ ਤੇ ਤਨਖਾਹ ਦਾ ਸਕੇਲ ਕੀ ਹੋਊਗਾ ਦੋਸਤੋ 5000 ਤੋਂ ਲੈ ਕੇ 21200 ਤੱਕ ਜਿਹੜੀ ਹੈਗੀ ਆਪਾਂ ਇੱਕ Google ਤੇ ਦੇਖਿਆ ਤਾਂ ਇੰਨੀ ਆਪਾਂ ਨੂੰ ਜਿਹੜੀ ਮਿਨੀਮਮ ਪੇ ਵੇਖਣ ਨੂੰ ਮਿਲਦੀ ਹੈ ਬਾਕੀ ਅਲਾਉਂਸ ਵਗੈਰਾ ਵੱਖਰੇ ਤੁਹਾਨੂੰ ਬੈਨੀਫਿਟਸ ਜਿਹੜੇ ਆਰਗੇਨਾਈਜੇਸ਼ਨ ਦੇ ਨੇ ਉਹ ਵੱਖਰੇ ਬਾਕੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਜਿਵੇਂ ਜਿਵੇਂ ਆਪ ਨੂੰ ਮਹਿੰਗਾਈ ਵਧਦੀ ਜਾ ਰਹੀ ਉਹਵੇਂ ਤਨਖਾਵਾਂ ਦੇ ਵਿੱਚ ਘਾਟਾ ਨਹੀਂ ਹੋਊਗਾ ਸਗੋਂ ਵਧਦੀ ਰਹਿਣਗੀਆਂ ਠੀਕ ਹੈ ਇ ਸੋ ਜਿਸ ਕਰਕੇ ਤੁਹਾਡੀ 30-40000 ਤੱਕ ਤਾਂ ਤਨਖਾਹ ਚੱਲੀ ਜਾਊਗੀ ਕਿਉਂਕਿ ਤੁਹਾਨੂੰ ਪਤਾ ਹੈ 8ਵੀਂ ਤੇ 10ਵੀਂ 베이스ਡ ਜੋਬ ਹੈ ਸੋ ਇੰਨੀ ਤਨਖਾਹ ਦਾ ਦੇਖਣ ਨੂੰ ਮਿਲਦੀ ਹੈ ਠੀਕ ਹੈ ਜੀ ਬਾਕੀ ਇਸ ਜੋਬ ਲਈ ਤੁਹਾਨੂੰ ਜ਼ਿਆਦਾ ਕੁਝ ਕਰਨਾ ਵੀ ਨਹੀਂ ਪੈਣਾ ਇੱਕ ਛੋਟਾ ਜਿਹਾ ਇਗਜ਼ਾਮ ਜ਼ਰੂਰ ਹੋ ਸਕਦਾ 50 ਨੰਬਰ ਦਾ ਕਿਉਂਕਿ ਗਵਰਨਮੈਂਟ ਵੱਲੋਂ ਆਲਰੇਡੀ ਕਿਹਾ ਗਿਆ ਹੈ ਵੀ ਜੇਕਰ ਤੁਸੀਂ ਪੱਕੀ ਨੌਕਰੀ ਦੇਣੀ ਹੈ ਤਾਂ ਇੱਕ ਛੋਟਾ ਜਿਹਾ ਇਗਜ਼ਾਮ ਜ਼ਰੂਰ ਕੰਡਕਟ ਕਰਾਉਣਾ ਪਵੇਗਾ ਜਿਹੜਾ ਕਿ ਜਨਰਲ ਹੀ ਹੋਵੇਗਾ ਜਿਹੜਾ ਤੁਸੀਂ ਬੇਸਿਕ ਪੜ੍ਹਦੇ ਆ ਰਹੇ ਹੋ 10ਵੀਂ ਤੱਕ ਤੇ ਬਾਕੀ ਦੋਸਤੋ ਇਹ ਵੀ ਹੈ ਵੀ ਤੁਹਾਡਾ ਜਿਹੜਾ ਇਗਜ਼ਾਮ ਹੋਣ ਤੋਂ ਬਾਅਦ ਤੁਹਾਡਾ ਫਿਜ਼ੀਕਲ ਟ్రਾਇਲ ਹੋਣਗੇ ਫਿਜ਼ੀਕਲ ਟ్రਾਇਲ ਦੌਰਾਨ ਤੁਹਾਡਾ ਮੇਨ ਗੱਲ ਹੈ ਹਾਈਟ ਤੇ ਚੈਸਟ ਵਗੈਰਾ ਹੋਊਗਾ ਥੋੜਾ ਚੈੱਕ ਕਰਨਾ ਹੋਊਗਾ ਉਹਨਾਂ ਨੇ ਮ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਇਹਦੇ ਵਿੱਚ ਫਿਜ਼ੀਕਲ ਟ੍ਰਾਇਲ ਦੇ ਵਿੱਚ ਠੀਕ ਹੈ ਜੀ ਤੇ ਬਾਕੀ ਮੇਲ ਕੈਂਡੀਡੇਟਸ ਦੀ 167.7 ਸੈਂਟੀਮੀਟਰ ਜਿਹੜੀ ਹੈਗੀ ਹਾਈਟ ਹੋਣੀ ਚਾਹੀਦੀ ਹੈ ਤੇ ਜਿਹੜੀ ਫੀਮੇਲ ਕੈਂਡੀਡੇਟਸ ਦੀ ਵੀ ਲਗਭਗ ਇਹਦੇ ਲਗਭਗ ਥੋੜੀ ਜਿਹੀ ਘੱਟ ਹੋਊਗੀ ਬਾਕੀ ਮੇਲ ਕੈਂਡੀਡੇਟਸ ਦੀ ਤਾਂ ਦੱਸਿਆ ਜ਼ਿਆਦਾਤਰ ਭਰਤੀਆਂ ਮੇਲ ਕੈਂਡੀਡੇਟਸ ਹੀ ਭਰਦੇ ਨੇ ਹੋਮਗਾਰਡ ਦੀਆਂ ਤੇ ਜਿਹੜੀ ਮੇਲ ਕੈਂਡੀਡੇਟ ਐਸਸੀਐਸਟੀ ਲਈਏ ਤਾਂ 162.6 ਸੈਂਟੀਮੀਟਰ ਮੰਗੀ ਗਈ ਹੈ ਚੈਸਟ ਦੇਖੀਏ ਤਾਂ ਮੇਲ ਕੈਂਡੀਡੇਟ ਜਨਰਲ ਦੀ ਮੰਗੀ ਗਈ ਹੈ 78.8 ਤੋਂ ਲੈ ਕੇ 83.8 ਸੈਂਟੀਮੀਟਰ ਤੱਕ ਤੇ ਮੇਲ ਕੈਂਡੀਡੇਟਸ ਐਸਸੀਐਸਟੀ ਦੀ ਮੰਗੀ ਹੈ 76.5 ਤੋਂ ਲੈ ਕੇ 81.5 ਸੈਂਟੀਮੀਟਰ ਠੀਕ ਹੈ ਸੋ ਦੋਸਤੋ ਇਹ ਸਭ ਜਿਹੜਾ ਹੈਗਾ ਥੋੜਾ ਪੋਤਾ ਕਰਾਈਟਰੀਆ ਜਿਹੜਾ Google ਤੇ ਆਪਾਂ ਨੂੰ ਦਿੱਤਾ ਆਇਆ ਸੀ ਆਪਾਂ ਤੁਹਾਨੂੰ ਤਾਂ ਕਰਕੇ ਇਹ ਸਕਰੀਨਸ਼ਾਟ ਲਾ ਦਿੱਤਾ ਬਾਕੀ ਦੋਸਤੋ ਐਡਵਰਟਾਈਜ਼ਮੈਂਟ ਦੇ ਵਿੱਚ ਸਾਰਾ ਕੁਝ ਮੈਂਸ਼ਨ ਹੋਊਗਾ ਉਹਨਾਂ ਦੇ ਅਕੋਰਡਿੰਗ ਜਿਹੜੇ ਮਤਲਬ ਕਿ ਕੁੜੀਆਂ ਤੇ ਮੁੰਡਿਆਂ ਦਾ ਵੱਖ-ਵੱਖ ਤੁਹਾਨੂੰ ਉਦੋਂ ਵੀ ਦੱਸ ਦਿੱਤਾ ਜਾਵੇਗਾ ਜਦੋਂ ਐਡਵਰਟਾਈਜ਼ਮੈਂਟ ਤੁਹਾਡੇ ਸਾਹਮਣੇ ਵੇਖਣ ਨੂੰ ਮਿਲੇਗੀ ਇਹ ਤਾਂ ਕਰਕੇ ਪਹਿਲਾਂ ਸ਼ੇਅਰ ਕਰ ਦਿੱਤਾ ਤਾਂ ਕਿ ਬੱਚੇ ਜਿਹੜੇ ਹੈਗੇ ਇਸ ਪਰਤੀ ਲਈ ਤਿਆਰੀ ਕਰ ਸਕਣ ਐਡਵਾਂਸ ਦੇ ਵਿੱਚ ਠੀ ਤੋ ਮਤਲਬ ਕਹਿੰਦਾ ਵਾ ਅੰਦਾਜ਼ਾ ਲਾਈਏ ਤਾਂ ਸਤੰਬਰ ਤੱਕ 2024 ਤੱਕ ਵੇਖਣ ਨੂੰ ਮਿਲ ਸਕਦਾ ਹੈ ਨੋਟੀਫਿਕੇਸ਼ਨ ਤੇ ਇਹ ਦੋਸਤੋ ਇਹ ਜਿਹੜਾ ਹੈਗਾ ਪੰਜਾਬ ਗਵਰਨਮੈਂਟ ਵੱਲੋਂ ਇਹ ਜਿਹੜੀ ਡਿਮਾਂਡ ਹੈਗੀ ਇਹ ਕਿਹੜੇ ਡਿਪਾਰਟਮੈਂਟ ਵੱਲੋਂ ਆਣੀ ਹੈ ਹੋਮ ਡਿਫੈਂਸ ਅਫੇਅਰ ਡਿਪਾਰਟਮੈਂਟ ਵੱਲੋਂ ਤੁਹਾਨੂੰ ਇਹ ਡਿਮਾਂਡ ਆਉਂਗੀ ਵੀ ਇਹਨਾਂ ਦੀ ਭਰਤੀ ਕੰਡਕਟ ਕਰਾਈ ਜਾਵੇ ਜਿਸ ਕਰਕੇ ਹੁਣ 2025 ਦੇ ਵਿੱਚ ਰਿਟਾਇਰਮੈਂਟ ਰੇਟ ਬਹੁਤ ਜ਼ਿਆਦਾ ਇਹਨਾਂ ਇਹਨਾਂ ਦੇ ਮਤਲਬ ਮੈਗਮੇ ਦੇ ਵਿੱਚ ਵੀ ਜੇ ਹੋਮਗਾਰਡ ਦੇ ਸੋ ਜਿਸ ਕਰਕੇ ਸ਼ਾਇਦ ਤੁਹਾਡੀ ਇਹ ਭਰਤੀ ਜਿਹੜੀ 2025 ਦੇ ਵਿੱਚ ਵੀ ਹੋ ਸਕਦੀ ਹੈ ਬਾਕੀ ਉਮੀਦ ਪੰਜਾਬ ਪੁਲਿਸ ਨੇ ਜਿਹੜੀਆਂ ਪੋਸਟਾਂ 1450 2200 ਵੀ ਹੋਣੀਆਂ ਜਿਸ ਕਰਕੇ ਇਸ ਸਾਲ ਤਾਂ ਸ਼ਾਇਦ ਮੈਨੂੰ ਲੱਗਦਾ ਉਮੀਦ ਹੈ ਨਹੀਂ ਕਿ ਉਤੋਂ ਇਲੈਕਸ਼ਨ ਵੀ ਹੈ ਜਿਸ ਕਰਕੇ ਇਲੈਕਸ਼ਨਾਂ ਕਰਕੇ ਇਹ ਭਰਤੀਆਂ ਜੇਕਰ ਕੱਢਦੇ ਆ ਤਾਂ ਇੱਕ ਸਾਦਾ ਇੱਕ ਕੂੜਾ ਬਣ ਜਾਂਦਾ ਭਰਤੀਆਂ ਦਾ ਜਿਸ ਕਰਕੇ ਕੋਈ ਵੀ ਬੱਚਾ ਇੱਕ ਵੀ ਇਗਜ਼ਾਮ ਕਰੈਕ ਨਹੀਂ ਕਰ ਸਕਦਾ ਕਿਉਂਕਿ ਤਿਆਰੀ ਕਰਨੀ ਹੈ ਹਰੇਕ ਭਰਤੀ ਦੀ ਅਲੱਗ-ਅਲੱਗ ਆਪਣੀ ਕਹਿੰਦਾ ਵਾ ਵੇਟੇਜ ਹੈ ਹਰੇਕ ਸਬਜੈਕਟ ਦੀ ਵੱਖਰੀ ਵੇਟੇਜ ਹੈ ਵੀ ਇਸ ਇਸ ਡਿਪਾਰਟਮੈਂਟ ਦੀ ਭਰਤੀ ਨੇ ਇਸ ਸਬਜੈਕਟਸ ਨੂੰ ਜ਼ਿਆਦਾ ਲੈਣਾ ਹੈ ਤੇ ਇਸ ਇਸ ਡਿਪਾਰਟਮੈਂਟ ਦੀ ਭਰਤੀ ਨੇ ਇਹਨਾਂ ਸਬਜੈਕਟ ਨੂੰ ਜ਼ਿਆਦਾ ਮਹੀਨੇ ਦੇਣਾ वाले सालਾਂ ਦੇ ਵਿੱਚ ਜ਼ਰੂਰ ਪਰਤੀ ਕਰ ਦੇਵੇ ਬਟ ਆਪਾਂ 익ਸਪੈਕਟ ਕਰਕੇ ਚੱਲੀਏ ਸਤੰਬਰ ਤੱਕ ਤੁਹਾਨੂੰ ਵੇਖਣ ਨੂੰ ਮਿਲ ਸਕਦੀ ਹੈ ਠੀਕ ਹੈ ਬਾਕੀ ਡਿਪਾਰਟਮੈਂਟ ਦੀ ਡਿਮਾਂਡ ਤੇ ਹੈ ਵੀ ਜੇਕਰ ਡਿਪਾਰਟਮੈਂਟ ਡਿਮਾਂਡ ਕੱਲ ਕਰ ਦੇ ਤਾਂ ਸ਼ਾਇਦ ਤੁਹਾਨੂੰ ਪਰਤੀਆਂ ਜਿਹੜੀਆਂ ਆਉਣ ਵਾਲੇ ਹਫਤੇ ਤੱਕ ਵੀ ਵੇਖਣ ਨੂੰ ਮਿਲ ਸਕਦੀਆਂ ਸੋ ਇਸੇ ਕਰਕੇ ਮੈਂ ਕਹਿੰਦੇ ਆ ਡਿਮਾਂਡ ਤੇ ਸਾਰਾ ਡਿਪੈਂਡ ਹੈ ਬਾਕੀ ਦੋਸਤੋ ਕੋਈ ਵੀ ਇਨਫੋਰਮੇਸ਼ਨ ਸਾਡੇ ਕੋਲ ਐਡਵਾਂਸ ਦੇ ਵਿੱਚ ਮਿਲਦੀ ਹੈ ਤਾਂ ਤੁਹਾਨੂੰ ਡੈਫੀਨਿਟਲੀ ਸਾਡੇ ਚੈਨਲ ਉੱਤੇ ਵੀਡੀਓ ਦੇਖਣ ਨੂੰ ਮਿਲੇਗੀ ਤੇ ਇਸੇ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦੀ ਸਾਰੇ ਭੈਣ ਭਰਾ ਥੋੜੀ ਜੀ ਤਿਆਰੀ ਕਰ ਲੈਣ ਕਿਉਂਕਿ ਇਹ ਪਤਾ ਨਹੀਂ ਕਦੋਂ ਪੋਸਟਾਂ ਵੇਖਣ ਨੂੰ ਮਿਲ ਸਕਦੀਆਂ ਸੋ ਮਿਲਦੇ ਆ ਵੀਡੀਓ ਤੇ ਧੰਨਵਾਦ ਤੇ ਜੈ ਹਿੰਦ